ਅੱਜ ਜਿਵੇਂ ਕਿ ਮੈਨੂੰ ਕੁਝ ਦੇਰ ਪਹਿਲਾਂ ਹੀ HNI ਚੈਨਲ ਦੇ ਮਾਧਿਅਮ ਨਾਲ ਇੱਕ ਖਬਰ ਪਤਾ ਲੱਗੀ ਜਿਹਦੇ ਵਿੱਚ ਜਲੰਧਰ ਦੀ ਇੱਕ ਮਹਿਲਾ PCS ਅਫਸਰ ਦੇ ਬਾਰੇ ਕਿਸੇ ਏਜੰਟ ਨੇ ਆਪੱਤੀ ਨੂੰ ਸ਼ਬਦਾਂ ਦੀ ਜਾਚੂ ਸ਼ਬਦਾਂ ਦੀ ਦੁਰਵਰਤੋਂ ਕੀਤੀ। ਖਬਰ ਪੜ੍ਹਦੇ ਸਾਰ ਮੈਂ ਇਕਦਮ ਹੈਰਾਨ ਹੋਇਆ ਔਰ ਉਸ ਤੋਂ ਬਾਅਦ ਮੈਂ ਉਸ ਚੈਨਲ HNI ਚੈਨਲ ਦੇ ਜਿਹੜੇ ਉਹਨਾਂ ਨਾਲ ਸੰਪਰਕ ਕਰਕੇ ਇਸ ਖਬਰ ਦੇ ਤੱਥਾਂ ਨੂੰ ਜਾਣਿਆ ਔਰ ਉਹਨਾਂ ਵੱਲੋਂ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਆਡੀਓ ਵਾਇਰਲ ਹੋਈ ਹੈ ਉਸ ਆਡੀਓ ਨੂੰ ਸੁਣ ਕੇ ਮੈਂ ਹੈਰਾਨ ਹੋ ਗਿਆ ਕਿ ਕਿਵੇਂ ਕੋਈ ਇੱਕ ਬੰਦਾ ਇੱਕ ਮਹਿਲਾ ਦੇ ਪ੍ਰਤੀ ਏਦਾਂ ਦੇ ਸ਼ਬਦ ਔਰ ਇੱਕ ਵਿਸ਼ੇਸ਼ ਜਾਤੀ ਦੇ ਪ੍ਰਤੀ ਏਦਾਂ ਦੇ ਸ਼ਬਦ ਜਿਹੜੇ ਯੂਜ਼ ਕਰ ਰਿਹਾ। ਮੈਂ ਇਸਦੀ ਘੋਰ ਨਿੰਦਿਆ ਕਰਦਾ ਹਾਂ, ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਸ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਐਸੇ ਅਸਮਾਜਿਕ ਤੱਤਵਾਂ ਦੇ ਖਿਲਾਫ਼ ਅਗਰ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਨਹੀਂ ਕਰਦਾ, ਸਖ਼ਤ ਕਾਰਵਾਈ ਨਹੀਂ ਕਰਦਾ, ਤੇ ਇਸ ਦੇ ਲਈ ਸਾਨੂੰ ਮਾਣਯੋਗ ਹਾਈਕੋਰਟ ਔਰ SC ਕਮਿਸ਼ਨ ਜਾਂ ਉੱਪਰਲੇ ਜਿੱਥੇ ਜਾਣਾ ਪਏਗਾ ਉੱਥੇ ਤੱਕ ਜਾਵਾਂਗੇ ਔਰ ਇਸਦੀ ਜੋ ਇਸਨੂੰ ਜਿਹੜੀ ਇਸਦੀ ਸਜ਼ਾ ਉਸਨੂੰ ਦਿਲਾਵਾਂਗੇ ਤਾਂ ਕਿ ਭਵਿੱਖ ਦੇ ਵਿੱਚ ਕੋਈ ਏਦਾਂ ਦੀ ਗਲਤੀ ਨਾ ਕਰੇ। ਦੂਸਰਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਮੀਡੀਆ ਭਾਈਚਾਰੇ ਨੂੰ ਕਿ ਅੱਜ ਕੁਛ ਹੋਰ ਚੈਨਲਾਂ ਦੇ ਰਾਹੀਂ ਵੀ ਮੈਨੂੰ ਇਹ ਖਬਰਾਂ ਜਿਹੜੀ ਮੈਂ ਪੜ੍ਹੀਆਂ ਜਿਹਦੇ ਵਿੱਚ ਕੁਛ ਚੈਨਲਾਂ ਨੇ ਉਸ ਮਹਿਲਾ ਅਫਸਰ ਦਾ ਨਾਮ ਵੀ ਉੱਚੇ ਪ੍ਰਕਾਸ਼ਿਤ ਕੀਤਾ। ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ, ਧੀਆਂ ਭੈਣਾਂ ਮਾਂ ਸਬਜ਼ੀਆਂ ਸਾਂਝੀਆਂ ਧੀਆਂ ਭੈਣਾਂ ਸਬਜ਼ੀਆਂ ਸਾਂਝੀਆਂ ਨੇ ਔਰ ਸਾਨੂੰ ਉਸਦੀ ਮਰਿਆਦਾ ਉਸਦੀ ਗਰਿਮਾ ਦਾ ਉਸਦੇ ਮਾਨ ਸਮਾਨ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ।